ਉਸੇ ਸਿਲਸਿਲੇ ਵਿੱਚ ਤੁਹਾਡੇ ਆਪਣੇ ਬੱਚੇ ਜਿਹੜੇ ਨੇ ਉਹ ਇੱਕ ਮੁਸ਼ਾਇਰਾ ਲੈ ਕੇ ਆਏ ਨੇ ਤੇ ਇਹ ਆਈਟਮ ਜਿਹੜੀ ਆਪਾਂ ਤਿਆਰ ਕਰਾਈ ਆ ਇਹ ਸ਼ਾਇਦ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿੱਚ ਹਾਲੀ ਨਹੀਂ ਹੋਈ ਬਿਲਕੁਲ ਫਰੈਸ਼ ਹੈ ਤੁਹਾਡੇ ਬੱਚੇ ਹੁਣ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਸਕੂਲ ਦੇ ਵਿੱਚ ਆਸ਼ਕਰਾਵਾਂ ਦੇ ਨਾਮ ਯਾਦ ਕਰਨ ਦੇ ਲਈ ਸੌਖਾ ਫਾਰਮੂਲਾ ਬਣਾਇਆ ਸੀਗਾ ਅੱਜ ਸਾਇੰਸ ਫੇਅਰ ਦੇ ਮੌਕੇ ਦੇ ਉੱਤੇ ਤੁਹਾਨੂੰ ਪਤਾ ਸਾਡੇ ਸਕੂਲ ਦੇ ਮੇਲਾ ਜਿਹੜਾ ਹੈਗਾ ਡੈਮੋ ਦਿੱਤੀ ਆ ਇਹਦੇ ਵਿੱਚ ਆਪਾਂ ਵੇਖੋ ਸਕੂਲ ਦੀ ਪੂਰੀ ਸਟੇਜ ਜਿਹੜੀ ਆ ਤੁਹਾਡੀ ਉੱਥੇ ਇੱਕ ਸੌਰ ਮੰਡਲ ਬਣਾ ਦਿੱਤਾ ਇਹ ਸੌਰ ਮੰਡਲ ਜਿੰਨਾ ਵੀ ਹੈ ਸਾਰਾ ਬੱਚਿਆਂ ਨੇ ਬਣਾਇਆ ਇਹ ਪੇਂਟ ਕੀਤਾ ਸਾਰਾ ਦਾ ਸਾਰਾ ਬੱਚਿਆਂ ਨੇ ਇਹ ਲਾਈਨਿੰਗ ਕੀਤੀ ਬੱਚਿਆਂ ਨੇ ਆਹ ਜਿੰਨੇ ਵੀ ਸਾਰੇ ਬੋਰਡ ਵਗੈਰਾ ਸੈੱਟ ਕੀਤੇ ਨੇ ਇਹ ਸਾਰੇ ਬੱਚਿਆਂ ਨੇ ਕੀਤੇ ਨੇ ਹੁਣ ਆਪਾਂ ਵੇਖੀਏ ਸਤਿ ਸ੍ਰੀ ਅਕਾਲ ਇਹ ਜੋ ਜਗ੍ਹਾ ਆਪ ਦੇਖ ਰਹੇ ਹੋ ਇਹ ਐਕਚੁਲੀ ये आम जगह नहीं है ये स्मारक जो है वो आज़ादी का हवन कुंड है मैं यहीं अमृतसर के एक लोकल स्कूल में यहाँ पास में गांव है सरकारी सीनियर सेकेंडरी स्कूल बालकला ये वहाँ के बच्चे हैं जैसा कि आप सभी को पता है कि महात्मा गांधी जी का 150वां जन्मदिन कल मनाया जाएगा केवल देश ही नहीं पूरी दुनिया मनाएगी